ਕੋਨੇ ਦਾ ਹਲਦੀ ਰੋਗ ਜਾਂ ਝੋਨੇ ਦੇ ਵਿੱਚ ਜਿਹੜਾ ਡੋਡੀ ਪੈਣਾ ਭਾਵੇਂ ਕਿ ਇਹਦੇ ਉੱਪਰ ਪਹਿਲਾਂ ਮੈਂ ਡਿਟੇਲ ਚ ਜਾਣਕਾਰੀ ਦੇ ਚੁੱਕਾ ਹਾਂ ਪਰੰਤੂ ਫਿਰ ਕਿਸਾਨਾਂ ਦੇ ਕੋਈ ਸਵਾਲ ਆ ਰਹੇ ਸੀਗੇ ਤਾਂ ਇਸ ਵੀਡੀਓ ਦੇ ਵਿੱਚ ਮੈਂ ਹਲਦੀ ਰੋਗ ਜਾਂ ਡੋਡੀ ਪੈਣ ਦੇ ਬਾਰੇ ਗੱਲ ਕਰਦਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਸਭ ਤੋਂ ਪਹਿਲਾਂ ਫਤਰੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਝੋਨਾ ਨਿਸਲਣਾ ਸ਼ੁਰੂ ਹੁੰਦਾ ਹੈ ਝੋਨੇ ਦੇ ਉੱਤੇ ਕੁਝ ਜਗ੍ਹਾ ਤੇ ਔਰੇਂਜ ਰੰਗ ਤੋਂ ਲੈ ਕੇ ਮੈਂ ਕਿ ਸੰਤਰੀ ਜੇ ਰੰਗ ਤੋਂ ਲੈ ਕੇ ਗੂੜੇ ਹਰੇ ਕਾਲੇ ਜੇ ਚੱਕੀ ਨਸ ਜਿ ਚਿਪਚਿਪੇ ਵਾਲੀਆਂ ਡੋਡੀਆਂ ਬੰਦੀਆਂ ਜਿਹੜੀਆਂ ਪਹਿਲੀਆਂ ਇੱਕ ਪਹਿਲਾਂ 1 ਸੈਂਟੀਮੀਟਰ ਦੀਆਂ ਹੁੰਦੀਆਂ ਤੇ ਇਹਦੇ ਉੱਪਰਲੇ ਪਾਸੇ ਇੱਕ ਜੜੀ ਹੁੰਦੀ ਹੈ ਨਿੱਕੀ ਜੀ ਪਰਤ ਕਿਸੇ ਚੀਜ਼ ਚਿੱਲੀ ਦੀ ਜਦੋਂ ਇਹ ਵੱਡੀ ਹੁੰਦੀ ਹੈ ਤਾਂ ਚਿੱਲੀ ਪਾਟ ਜਾਂਦੀ ਹੈ ਤੇ ਬਿਲਕੁਲ ਜਿਹੜਾ ਹੈਗਾ ਕਾਲੇ ਜੇ ਰੰਗ ਦਾ ਗੂੜਾ ਭੂਰਾ ਜਾਂ ਕਾਲਾ ਜਾਂ ਧੂੜਾ ਜਿਹੜਾ ਹੈਗਾ ਉਹ ਬਾਕੀ ਪਾਸੇ ਫੈਲ ਜਾਂਦਾ ਹੈ ਜਿਹੜੇ ਦਾਣੇ ਦੇ ਵਿੱਚ ਇਹ ਬਣ ਗਈ ਡੋਡੀ ਜੀ ਇਹ ਦਾਣਾ ਤਾਂ ਖਰਾਬ ਹੋਇਆ ਹੋਇਆ ਇਹਦੇ ਨਾਲ ਇਹਦੇ ਥੱਲੇ ਵਾਲੇ ਤਿੰਨ ਚਾਰ ਦਾਣੇ ਹੋਰ ਖਰਾਬ ਹੋ ਜਾਂਦੇ ਆ ਕਿਉਂਕਿ ਉਹਨੂੰ ਨਾ ਇਹ ਕਿ ਜਿਹੜੀ ਸਪਾਈਕਲਟ ਹੁੰਦੀ ਹੈ ਉਹਨੂੰ ਖੁੱਲਣ ਨਹੀਂ ਦਿੰਦਾ ਦਾਣੇ ਨੂੰ ਖੁੱਲਣ ਨਹੀਂ ਦਿੰਦਾ ਜਿਹਦੇ ਕਰਕੇ ਉਹਦੇ ਵਿੱਚ ਵੀ ਕੰਮ ਹੋ ਜਾਂਦਾ ਪਹਿਲਾ ਇਨਫੈਕਸ਼ਨ ਤਾਂ ਇਹੇ ਹੋ ਗਿਆ ਦੂਸਰਾ ਇਨਫੈਕਸ਼ਨ ਜਿਹੜਾ ਹੈਗਾ ਉਹ ਹਵਾ ਦੇ ਰਾਈ ਜਿਹੜਾ ਅੱਗੇ ਹੋਏਗਾ ਉਹ ਤੋਂ ਦੇ ਦਾਣੇ ਦੇ ਵਿੱਚ ਦੁੱਧਾ ਭਰਨ ਤੋਂ ਲੈ ਕੇ ਜਿਹੜਾ ਹੈਗਾ ਪੱਕਣ ਤੱਕ ਦੀ ਸਮੇਂ ਦੇ ਦਰਮਿਆਨ ਹੋ ਸਕਦਾ ਹੈ ਠੀਕ ਹੈ ਜੀ ਤਾਂ ਮੁੱਖ ਤੌਰ ਤੇ ਇਹਦਾ ਜਿਹੜਾ ਕੰਟਰੋਲ ਕਰਨਾ ਆਪਾਂ ਕੰਟਰੋਲ ਮੁੰਜਰ ਨਿਕਲਣ ਤੋਂ ਪਹਿਲਾਂ ਹੀ ਹੋਣਾ ਜਿਵੇਂ ਕਿ ਤੁਹਾਨੂੰ ਪਹਿਲਾਂ ਦੇ ਦੱਸਿਆ ਹੈ ਕਿ ਸਤੰਬਰ ਮਹੀਨੇ ਦੇ ਵਿੱਚ 2021 ਦੀ ਗੱਲ ਕਰਦਾ ਹੈ ਵਰਖਾ ਦੇ ਜਾਂਸੇ ਜ਼ਿਆਦਾ ਕਿਉਂਕਿ ਇਹ ਬਿਮਾਰੀ ਜੇ ਤਾਪਮਨ 25 ਤੋਂ 35 ਡਿਗਰੀ ਦੇ ਵਿਚਾਲੇ ਹੋਵੇ ਨਮੀ ਦੀ ਮਾਤਰਾ ਜ਼ਿਆਦਾ ਹੋਵੇ ਹਲਕੀ ਵਰਖਾ ਹੁੰਦੀ ਹੋਵੇ ਖੇਤ ਜੰਗਲੀ ਝੋਨੇ ਦੇ ਬੁੱਟੇ ਹੋਣ ਜੇ ਜਾਂ ਪਿਛਲੇ ਸਾਲ ਦੀ ਰਹਿਤਖੁੰਦ ਬਿਮਾਰੀ ਅਲੀ ਪਈ ਹੋਵੇ ਤਾਂ ਉੱਥੇ ਜਾਂ ਯੂਰੀਆ ਜ਼ਿਆਦਾ ਪਾਈ ਹੋਵੇ ਜਾਂ ਨਹਿਰੀ ਪਾਣੀ ਜਰਾ ਲੱਗਦਾ ਹੋਵੇ ਉੱਥੇ ਬਿਮਾਰੀ ਜ਼ਿਆਦਾ ਆਉਂਦੀ ਹੈ ਠੀਕ ਹੈ ਤਾਂ ਇਹਦਾ ਕੰਟਰੋਲ ਕਰਨਾ ਜ਼ਰੂਰੀ ਹੈ ਤਾਂ ਸਪਰੇਅ ਇਹਦਾ ਵਧੀਆ ਟਾਈਮ ਇਹ ਹੁੰਦਾ ਹੈ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਝੋਨਾ ਨਿਸਰਨ ਵਾਲਾ ਟਾੜਾ ਜਾਂ ਝੋਨੇ ਦੀ ਇੱਕ ਅਧੀ ਕੋਈ ਕੋਈ ਮੁੰਜਰ ਬਾਹਰ ਨਿਕਲੀ ਹੈਗੀ ਆ ਉਸ ਟਾਈਮ ਤੇ ਅਸੀਂ ਇਹਦਾ ਸਪਰੇਅ ਕਰਦੇ ਹਾਂ ਬਾਅਦ ਵਾਲੇ ਸਪਰੇਆਂ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ ਤੇ ਜਿਹੜੇ ਖੇਤਾਂ 'ਚ ਪਿਛਲੇ ਸਾਲ ਬਿਮਾਰੀ ਆਈ ਸੀਗੀ ਇਸ ਸਾਲ ਉਹਨਾਂ ਖੇਤਾਂ 'ਚ ਬਿਮਾਰੀ ਆਉਣ ਦੇ ਚਾਂਸਸ ਜ਼ਿਆਦਾ ਹੈ ਕਿਉਂਕਿ ਵਰਖਾ ਦੇ ਚਾਂਸਸ ਇਸ ਸਾਲ ਜ਼ਿਆਦਾ ਹੈ ਤਾਂ ਉਹਨਾਂ ਖੇਤਾਂ ਦੇ ਵਿੱਚ ਸਾਡੇ ਕੋਲੇ ਅਸੀਂ ਅੱਧਾ ਕਿਲੋ ਕਾਪਰ ਆਕਸੀਕਲੋਰਾਈਡ ਦਾ ਸਪਰੇਅ ਕਰਦੇ ਹਾਂ ਕਾਪਰ ਆਕਸੀਕਲੋਰਾਈਡ ਅੱਧਾ ਕਿਲੋ ਕਿੱਲੇ ਦਾ ਠੀਕ ਹੈ ਜੀ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੋਸ ਸਾਈਡ ਨਾਮ ਦੀ ਦਵਾਈ ਦਾ ਜਿਹੜਾ ਕਾਪਰ ਹਾਈਡਰੋਕਸਾਈਡ ਦੀ ਰეკਮੈਂਡੇਸ਼ਨ ਕੀਤੀ ਹੈ 500 ਗ੍ਰਾਮ ਦੀ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਾਪਰ ਆਕਸੀਕਲੋਰਿਡ ਦੀ ਸਿਫਾਰਸ਼ ਕਰਦੀ ਸੀ ਕਿ ਪਿਛਲੇ ਸਾਲ ਹੀ ਕਾਪਰ ਆਕਸਾਈਡ ਦੀ ਕਰ ਦਿੱਤੀ ਹੈ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 400 ਐਮਐਲ ਗਲੀਲਿਓ ਵੇ ਕਹਿੰਦੀ ਹੈ ਪਿਕੋਕਸਿਸ ਸਟ੍ਰੋਬਿਨ ਪਲੱਸ ਪ੍ਰੋਪੀਕੋਨਾਜ਼ੋਲ ਹੈ ਪਿਛਲੇ ਸਾਲ ਇਹ ਪਿਕੋਕਸਿਸ ਸਟ੍ਰੋਬਿਨ ਤੇ ਪ੍ਰੋਪੀਕੋਨਾਜ਼ੋਲ ਦੇ ਦੋ ਤਰ੍ਹਾਂ ਦੇ ਰਿਜ਼ਲਟ ਰਹੇ ਹੈ ਕਈ ਕਿਸਾਨ ਵੀਰਾਂ ਤੇ ਰਿਜ਼ਲਟ ਬਹੁਤ ਵਧੀਆ ਆਇਆ ਹੈ ਕਈਆਂ ਨੂੰ ਰਿਜ਼ਲਟ ਨਹੀਂ ਮਿਲੇ ਤਾਂ ਮੇਨਲੀ ਸਪਰੇਅ ਦਾ ਟਾਈਮ ਜਿਹੜਾ ਹੈਗਾ ਉਹ ਜ਼ਿਆਦਾ ਮਹੱਤਵ ਰੱਖਦਾ ਹੈ ਹੁਣ ਇਸ ਤਰੀਕੇ ਨਾਲ ਤਾਂ ਜੇਕਰ ਤੁਸੀਂ ਦੇਖੋਗੇ ਤਾਂ ਕੈਮੀਕਲ ਕੰਟਰੋਲ ਦੇ ਵਿੱਚ ਕਰਨਾਟਕਾ ਜਰਨਲ ਆਫ ਐਗਰੀਕਲਚਰ ਸਾਇੰਸ ਵੋਲੀਅਮ ਨੰਬਰ 13 ਵੋਲੀਅਮ 13 ਨੰਬਰ 13 ਪੇਜ ਨੰਬਰ 623 ਤੋਂ 627 ਰੈਫਰੈਂਸ 11 ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਾਰਬਨ ਡਾਈਜ਼ਮ ਦਾ 0.01% ਦਾ ਘੋਲ ਹੈ 0.0025 ਤੋਂ 0.01% ਦਾ ਘੋਲ ਹੈ ਜਾਂ ਮੈਨਕੇ ਜੇਬ ਦਾ 0.3% ਦਾ ਘੋਲ ਹੈ ਇਹ ਜਿਹੜਾ ਫੰਗਸ ਨੀ ਦੀ ਗ੍ਰੋਥ ਨੂੰ 100% ਕੰਟਰੋਲ ਕਰ ਲੈਂਦਾ ਕਾਪਰ ਆਕਸੀਕਲੋਰਾਈਡ ਇਹਨਾਂ ਨੇ ਕਿਹਾ ਕਿ 0.2% ਦਾ ਘੋਲ ਜਿਹੜਾ ਹੈਗਾ ਵਧੀਆ ਕੰਮ ਕਰ ਜਾ ਤੀਸਰਾ ਇੰਟਰਨੈਸ਼ਨਲ ਕਾਨਫਰੰਸ ਆਫ ਐਗਰੀਕਲਚਰ ਐਂਡ ਹਾਰਟੀਕਲਚਰ ਇਹਨਾਂ ਨੇ ਕਿਹਾ ਹੈਗਾ ਕਿ ਟ੍ਰਾਈਫਲੋਕਸੀਸਟ੍ਰੋਬਿਨ ਪਲੱਸ ਟੈਬੂਕੋਨਾਜ਼ੋਲ ਇਹ ਮੇਰੇ ਖਿਆਲ ਤੁਹਾਡਾ ਨੈਟਿਵੋ ਵਾਲਾ ਸਾਲਟ ਆ ਜਾਂਦਾ ਟ੍ਰਾਈਫਲੋਕਸੀਸਟ੍ਰੋਬਿਨ ਪਲੱਸ ਟੈਬੂਕੋਨਾਜ਼ੋਲ 0.4 ਗ੍ਰਾਮ ਪ੍ਰਤੀ ਲੀਟਰ ਪੁਆਇੰਟ ਚਾਰ ਪਾ ਕੇ ਸਪਰੇਅ ਕਰਨ ਦੇ ਨਾਲ ਵੀ ਰਿਜ਼ਲਟ ਮਿਲਦਾ ਹੈ ਤੇ ਮੁੱਖ ਤੌਰ ਤੇ ਜਿਹੜਾ ਅਸੀਂ ਇਹਦਾ ਕੰਟਰੋਲ ਕਰ ਰਹੇ ਹਾਂ ਉਹ ਆਪਣੇ ਕੋਲੇ ਮੇਨਲੀ ਚੱਲ ਰਿਹਾ ਹੈਗਾ ਕਾਪਰ ਆਕਸੀਕਲੋਰਾਈਡ ਦੇ ਸਪਰੇਅ ਜਾਂ ਪੀਐਜੂ ਨੇ ਜੋ ਪਿਛਲੇ ਸਾਲ ਤੋਂ ਕਾਪਰ ਹਾਈਡਰੋਕਸਾਈਡ kiya ਹੈ ਮੈਂ ਕਿ ਇਹ ਦੋ ਕਾਪਰ ਦੇ ਰੂਪ ਹੈ ਜਿਹਦਾ ਅਸੀਂ ਸਪਰੇਅ ਕਰਨਾ ਸਪਰੇਅ ਕਦੋਂ ਕਰਨਾ ਜਦੋਂ ਝੋਨਾ ਟੋੜਾ ਅਨਸਾਰੇ ਵੱਲ ਵੱਧ ਰਿਹਾ ਹੁੰਦਾ ਜਦੋਂ ਤੁਹਾਡਾ ਚੌਨਾ ਅਨਸਾਰੇ ਦੇ ਨੇੜੇ ਹੁੰਦਾ ਜਾਂ ਕੋਈ ਕੋਈ ਮੁੰਜਰ ਬਾਹਰ ਨਿਕਲੀ ਹੁੰਦੀ ਹੈ ਉਸ ਟਾਈਮ ਜਿਹੜਾ ਹੈਗਾ ਸਪਰੇਅ ਕਰਨਾ ਹੈ ਜਿਹੜੇ ਖੇਤ ਦੇ ਵਿੱਚ ਅਟੈਕ ਹੱਦੋਂ ਵੱਧ ਹੋ ਜਾਂਦਾ ਹੈ ਤਾਂ ਉੱਥੇ ਜਿਹੜਾ ਹੈਗਾ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਪ੍ਰੋਪੀਕੋਨਾਜ਼ੋਲ ਦਾ 1 ਗ੍ਰਾਮ ਪ੍ਰਤੀ ਲੀਟਰ ਦਾ ਸਪਰੇਅ ਦੁੱਧਾ ਦੁੱਧੇ ਤੇ ਹੋ ਜਾਏ ਤਾਂ ਥੋੜਾ ਜਿਹਾ ਜਿਹੜਾ ਸੈਕੰਡਰੀ ਇਨਫੈਕਸ਼ਨ ਹੈ ਉਹ ਵੀ ਥੰਮ ਜਾਂਦੀ ਹੈ ਪਰੰਤੂ ਪਿਛਲੇ ਸਾਲਾਂ ਦੇ ਵਿੱਚ ਇਸ ਤਰੀਕੇ ਦੇ ਸਾਨੂੰ ਕੋਈ ਬਹੁਤੇ ਰਿਜ਼ਲਟ ਦੇਖਣ ਨੂੰ ਚੰਗੇ ਨਹੀਂ ਮਿਲੇ ਠੀਕ ਹੈ ਜੀ ਜਿਹੜੇ ਖਸਾਨਵੀਰ ਗੋਭਰਨ ਤੇ ਕੈਪਟਨ ਕਰਦੇ ਐ ਮੈਨਕੋਜੇਬ ਕਰਦੇ ਐ ਕਾਰਬੰਡੀਜ਼ਮ ਕੀਤੀ ਐ ਜਾਂ ਹੈਕਜ਼ਾਕੋਨੋਜੋਲ ਕੀਤੀ ਐ ਗੋਭਰਨ ਵੇਲੇ ਇਹ ਦਵਾਈਆਂ ਵੀ ਕੁਝ ਹੱਦ ਤੱਕ ਇਸ ਬਿਮਾਰੀ ਤੋਂ ਬਚਾਅ ਕਰਦੀਆਂ ਤਾਂ ਦੋਸਤੋ ਜਿਆਦਾ ਜਿਹੜੀ ਸਾਡੇ ਕੋਲੇ ਦਵਾਈ ਹੈਗੀ ਆ ਉਹ ਇਹ ਹੀ ਐ ਕਿ ਕਾਪਰ ਆਕਸੀਕਲੋਰਾਈਡ ਜਾਂ ਕਾਪਰ ਹਾਈਡਰੋਕਸਾਈਡ ਜਾਂ ਗਲੀਲਿਓਵੇ ਵਾਲਾ ਸਾਲਟ ਕਿਹ ਚ ਕੀ ਸੀਗਾ ਆਪਣਾ ਪਿਕੌਕਸਿਸ ਸਟਰੋਬਿਨ ਪਲੱਸ ਪ੍ਰੋਪੀਕੋਨੋਜੋਲ ਠੀਕ ਐ ਇਹ ਇਹਨਾਂ ਦੇ ਵਿੱਚੋਂ ਕੋਈ ਵੀ ਐਕਸਪਰੇ ਅਸੀਂ ਕਰਕੇ ਇਸ ਬਿਮਾਰੀ ਨੂੰ ਆਉਣ ਤੋਂ ਖੇਤ ਦੇ ਵਿੱਚ ਰੋਕ ਸਕਦੇ ਹਾਂ ਜਿਹੜਾ ਸਮੇਂ ਖੇਤ ਦੇ ਡੋਡੀਆਂ ਦਿਖਾਈ ਦੇਣ ਲੱਗ ਪੈਂਦੀਆਂ ਉਸ ਟਾਈਮ ਤੇ ਸਪਰੇਅ ਕਰਨਾ ਕਿ ਬਹੁਤਾ ਲਾਭ ਨਹੀਂ ਹੁੰਦਾ ਕੋਈ ਜ਼ਿਆਦਾ ਲਾਭ ਨਹੀਂ ਹੁੰਦਾ ਭਾਵੇਂ ਕਿ ਕਿਸਾਨ ਵੀ ਸੰਤੁਸ਼ਟ ਹੋ ਜਾਂਦੇ ਆ ਕਿ ਸਪਰੇਅ ਕਰਤੀ ਜੀ ਹੁਣ ਤਾਂ ਧੂੜਾ ਜਿ ਉੱਡਣੋਂ हट ਗਿਆ ਧੂੜਾ ਧੜਾ ਕਰਾ ਉੱਡਣੋਂ ਹਟਣਾ ਹੁੰਦਾ ਇੱਕ ਦੋ ਮੀਂਹ ਪੈ ਜਾਂਦੇ ਕੋਈ ਧੂੜਾ ਥੱਲੇ ਡੈਗ ਪੈਂਦਾ ਕਿਸਾਨ ਨੂੰ ਲੱਗਦਾ ਕਿ ਮੇਰੀ ਬਿਮਾਰੀ ਰੋਗੀ ਜਿਹੜੀ ਬਿਮਾਰੀ ਇੱਕ ਵਾਰੀ ਖੇਤ ਚ ਆ ਗਈ ਉਹਦਾ ਕੰਟਰੋਲ ਕਰਨਾ ਬਾਅਦ ਚ ਬਹੁਤ ਔਖਾ ਹੈ ਇਸ ਕਰਕੇ ਜਿਹੜੇ ਖੇਤਾਂ ਦੇ ਵਿੱਚ ਜਿਵੇਂ ਜਿੱਥੇ ਕਿਤੇ ਪੂਸਾ ਝੋਨੇ ਨੂੰ ਆਉਂਦੀ ਹੈ ਪੀਆਰ 122 ਨੂੰ ਆਉਂਦੀ ਹੈ ਪੀਆਰ 118 ਨੂੰ ਆਉਂਦੀ ਹੈ ਜਾਂ ਜੋ ਹੋਰ ਕਿਸੇ ਪੀਆਰ ਵੈਰੈਟੀ ਨੂੰ ਜ਼ਿਆਦਾਤਰ ਨੇ ਬਿਮਾਰੀ ਆਉਂਦੀ ਹੈ ਜਿਸ ਜਿਸ ਖੇਤ ਦੇ ਵਿੱਚ ਜਿਸ ਵੈਰੈਟੀ ਨੂੰ ਬਿਮਾਰੀ ਆਉਂਦੀ ਹੈ ਤਾਂ ਉਸ ਖੇਤ ਦੇ ਵਿੱਚ ਪਹਿਲ ਦੇ ਆਧਾਰ ਤੇ ਸਪਰੇਅ ਕਰਕੇ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਤਾਂ ਇਸ ਕਰਕੇ ਬਿਮਾਰੀ ਆਉਣ ਦਾ ਇੰਤਜ਼ਾਰ ਨਾ ਕਰੋ ਬਿਮਾਰੀ ਆਉਣ ਤੋਂ ਪਹਿਲਾਂ ਹੀ ਸਪਰੇਅ ਕਰੋ ਜੇ ਪਹਿਲਾਂ ਵੇਅਰ ਹੋਣਗੇ ਤਾਂ ਹੀ ਗੱਲ ਬਣੇਗੀ ਬਾਅਦ ਦੇ ਵਿੱਚ ਕੋਈ ਸਪਰੇਅਾਂ ਕੀਤੇ ਨਾ ਕੋਈ ਬਹੁਤਾ ਲਾਭ ਨਹੀਂ ਮਿਲਣਾ ਤੇ ਜਿਸ ਖੇਤ ਦੇ ਵਿੱਚ ਬਿਮਾਰੀ ਲੱਗਦੀ ਹੈ ਉਸ ਖੇਤ ਦੇ ਪਾਣੀ ਦਾ ਪ੍ਰਬੰਧ ਵੀ ਠੀਕ ਰੱਖੋ ਯੂਰੀਆ ਘੱਟ ਪਾਓ ਪਾਣੀ ਜਿਹੜਾ ਹੈਗਾ ਹਵਾ ਲਵਾ ਕੇ ਲਾਓ ਤਾਂ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ ਤਾਂ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਤੇ ਇੱਕ ਚੀਜ਼ ਰਹਿ ਗਈ ਸੀਗੀ ਕਿ ਇਹਦੇ ਵਿੱਚ ਇੱਕ ਕਲੋਰੋ ਕਲੋਰੋਥੈਲੋਨਿਲ ਕਲੋਰੋਥੈਲੋਨਿਲ ਦਵਾਈ ਹੈ ਜਿਹੜੀ ਕਿ ਪਹਿਲਾਂ ਕਵਚ ਦੇ ਨਾਮ ਤੇ ਬਾਜ਼ਾਰ ਦੇ ਵਿੱਚ ਆਉਂਦੀ ਸੀਗੀ ਇਹਦਾ ਜਾਂ ਕੁਝ ਇਹਦਾ ਕੁਝ ਨਾਮ ਇੱਕ ਦੋ ਹੋਰ ਵੀ ਬਾਜ਼ਾਰ ਦੇ ਵਿੱਚ ਹੈ ਇਹਦਾ ਰਿਐਲਟੀ ਵੀ ਚੰਗਾ ਮਿਲਦਾ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਉੱਪਰ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਵੇਂ ਕਿ ਆਪਾਂ ਦੇਖਿਆ ਤਾਂ ਉਮੀਦ ਕਰਦਾ ਹਾਂ ਕਿ ਜਾਣਕਾਰੀ ਤੁਹਾਡੇ ਲਈ ਜਿਹੜਾ ਹੈਗਾ ਸੈਟੀਸਫਾਈਡ ਹੋਏਗੀ ਤੁਹਾਡੇ ਲਈ ਮਦਦ ਕਰੇਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਵੀਡੀਓ ਚੰਗੀ ਲੱਗੇ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਤੇ ਜਿਹੜੇ ਨਵੇਂ ਕਿਸਾਨ ਹੈਗੇ ਆ ਉਹ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲੇ ਖੇਤੀ ਸਬੰਧੀ ਨਵੀਂ ਜਾਣਕਾਰੀ ਪਹੁੰਚਦੀ ਰਹੇ ਮਿਹਰਬਾਨੀ ਦੋਸਤੋ